ਜਿਵੇਂ ਕਿ ਆਪਾਂ ਜਾਣਦੇ ਆ ਕਿ ਧਰਤੀ ਦੇ ਉੱਤੇ ਜਲ ਹੀ ਜੀਵਨ ਹੈ ਹਵਾ ਜੇ ਚੋ ਸਾਹ ਲੈਂਦੇ ਆ ਉਸ ਤੋਂ ਬਿਨਾ ਵਿਅਕਤੀ 1 ਮਿੰਟ ਚ ਨਹੀਂ 1 ਮਿੰਟ ਵੀ ਨਹੀਂ ਰਹਿ ਸਕਦਾ ਔਰ ਲੋਕ ਅਸੀਂ ਜਿਹੜੀ ਪਾਣੀ ਆ ਜਿਹੜਾ ਅਨਮੁੱਲੀ ਦਾਤ ਆ ਉਸ ਦੀ ਵੇਸਟੇਜ ਹੁੰਦੀ ਨਹੀਂ ਦੇਖ ਸਕਦੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਫੇਸ ਦੱਸਦੀਆਂ ਤੁਸੀਂ ਦੇਖੋ ਇੱਥੇ ਇੱਕ ਜਿਹੜੀ ਅੰਡਰਗਰਾਊਂਡ ਪਾਣੀ ਦੀ ਪਾਈਪ ਆ ਉਹ ਫਟ ਚੁੱਕੀ ਆ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ ਵਾ ਡਿਪਾਰਟਮੈਂਟ ਵੱਲੋਂ ਕੋਈ ਕੇਅਰ ਨਹੀਂ ਕੀਤੀ ਜਾ ਰਹੀ ਤੇ ਦੇਖੋ ਕਿੰਨਾ ਸ਼ੁੱਧ ਪਾਣੀ ਆ ਜਿਹੜਾ ਲੋਕਾਂ ਦੇ ਘਰਾਂ ਤੱਕ ਜਾਣਾ ਸੀਗਾ ਔਰ ਰੋਡ ਦੇ ਕਿਨਾਰੇ ਆ ਔਰ ਵਿਭਾਗ ਵੱਲੋਂ ਅਜੇ ਤੱਕ ਇਸ ਨੂੰ ਲੈ ਕੇ ਕੋਈ ਰਿਪੇਅਰ ਨਹੀਂ ਕੀਤੀ ਜਾ ਰਹੀ ਤੁਹਾਨੂੰ ਦੱਸਦੀ ਹਾਂ ਵੀ ਤੁਸੀਂ ਦੇਖੋ ਵੀ ਪਾਣੀ ਜਿਹੜਾ ਵਾ ਅਨਮੁੱਲਾ ਪਾਣੀ ਆ ਲੋਕਾਂ ਨੂੰ ਪੀਣ ਨੂੰ ਨਹੀਂ ਮਿਲਦਾ ਔਰ ਇਹ ਜਾ ਕੇ ਸਾਹਮਣੇ ਰੋਡ ਗਲੀ ਦੇ ਵਿੱਚ ਗਿਰ ਰਿਹਾ ਵਾ ਤਸਵੀਰਾਂ ਸਾਫ਼ ਬਿਆਨ ਕਰਦੀਆਂ ਨੇ ਔਰ 1 ਮਹੀਨਾ ਹੋ ਚੁੱਕਿਆ ਵਾ ਜੋ ਪਰ ਇਸ ਤਰ੍ਹਾਂ ਇਹ ਪਾਣੀ ਦੀ ਵੇਸਟੇਜ ਹੁੰਦੀ ਨੂੰ ਤੁਹਾਨੂੰ ਦੱਸ ਦਈਏ ਕਿ ਇੱਥੇ ਕੁਝ ਪੇੜ ਸਨ ਜਦੋਂ ਪੇੜਾਂ ਦੀ ਕਟਾਈ ਕੀਤੀ ਗਈ ਸੀ ਤਾਂ ਉਸ ਦੇ ਨਾਲ ਹੀ ਜਿਹੜੀ ਆ ਪਾਈਪਲਾਈਨ ਸੀਗੀ ਔਰ ਜੋ 10 ਫੇਸ ਦੇ ਵਿੱਚ ਬੇਸ਼ੌਪ ਨੰਬਰ 1, 2, 3 ਆ ਉਸ ਦੇ ਅੱਗੇ ਇਹ ਰੋਡ ਦੇ ਉੱਤੇ ਪਾਈਪਲਾਈਨ ਜਿਹੜੀ ਆ ਉਹ ਪੁੱਟੀ ਗਈ ਸੀਗੀ ਔਰ ਇਹਦੇ ਵਿੱਚੋਂ ਦੀ ਲਗਾਤਾਰ ਪਾਣੀ ਸਿੰਮ ਰਿਹਾ ਵਾ ਇੱਥੇ ਕੋਈ ਅਧਿਕਾਰੀ ਇਸ ਨੂੰ ਠੀਕ ਕਰਨ ਨਹੀਂ ਆਇਆ ਜਦਕਿ ਪੱਲਾ ਝੜਿਆ ਜਾਂਦਾ ਕਿਉਂਕਿ ਵਾਟਰ ਸਪਲਾਈ ਵਾਲੇ ਕਹਿੰਦੇ ਕਿ ਇਹ ਆਪਣਾ ਕਾਰਪੋਰੇਸ਼ਨ ਦਾ ਕੰਮ ਵਾ ਵੀ ਉਹਨਾਂ ਨੇ ਪੇੜ ਕੱਟਿਆ ਪਰ ਕਾਰਪੋਰੇਸ਼ਨ ਵੱਲੋਂ ਇਸ ਦੇ ਉੱਤੇ ਕੋਈ ਹੰਗਾਰਾ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਇਸ ਸਮੇਂ ਦੁਕਾਨਦਾਰ ਵੀ ਇਹ ਡਰ ਰਹੇ ਆ ਕਿ ਵਾਈਟ ਦਿੰਦੇ ਹੋਏ ਕਿ ਸ਼ਾਇਦ ਸਾਡੇ ਉੱਤੇ ਵੀ ਕੋਈ ਐਕਸ਼ਨ ਆਵੇ ਪਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਵੱਲੋਂ ਮੇਰੇ ਸਾਹਮਣੇ ਜੇਈ ਦੇ ਨਾਲ ਗੱਲ ਕੀਤੀ ਗਈ ਆ ਜੇਈ ਨੇ ਕਿਹਾ ਵਾ ਕਿ ਉਹ ਆਪਣਾ ਲਾਈਨਮੈਨ ਭੇਜੂਗਾ ਕਿ ਲਾਈਨਮੈਨ ਵੀ ਆਇਆ ਹੈਗਾ ਵਾ ਲਾਈਨਮੈਨ ਨਾਲ ਗੱਲ ਕਰਦੇ ਲਾਈਨਮੈਨ ਸਾਹਿਬ ਆਪ ਆਏ ਹੋ ਪੰਜਾਬੀ ਜਾਣਦੇ ਹੋ ਅੱਛਾ ਤੋ ਜੋ ਪਾਣੀ ਕੀ ਵੇਸਟੇਜ ਹੋ ਰਹੀ ਹੈ ਇਸਕਾ ਕਿਆ ਕਾਰਨ ਹੈ ਔਰ ਜੋ ਪਾਣੀ ਕੀ ਜੋ ਵੇਸਟੇਜ ਹੋ ਰਹੀ ਹੈ ਇਸਕੋ ਕਿਆ ਸਰ ਕੱਲ ਹਮਾਰੇ ਬੰਦੇ ਆਏਗੇ ਠੀਕ ਹੈ ਸਰ ਯਹਾਂ ਪੇ ਪਟਾਈ ਕਰੇਂਗੇ ਸਾਡੀ ਲਾਈਨ ਲੀਕ ਹੋ ਗਈ ਉਹ ਠੀਕ ਕੀਤਾ ਜਾਏਗਾ ਅਗਰ ਇਹਨਾਂ ਦੀ ਜੋ ਪਾਣੀ ਦਾ ਕਨੈਕਸ਼ਨ ਹੈ ਉਹ ਹੋਏਗਾ ਤਾਂ ਇਹਨਾਂ ਨੂੰ ਕਰਾਉਣਾ ਪੈਣਾ ਵੈਸੇ ਇੱਕ ਗੱਲ ਤਾਂ ਤੁਸੀਂ ਮੰਨਦੇ ਹੋ ਨਾ ਵੀ ਇਹ ਪਾਣੀ ਪੀਣ ਨੂੰ ਵੈਸੇ ਨਹੀਂ ਮਿਲ ਰਿਹਾ ਔਰ ਸ਼ੁੱਧ ਪਾਣੀ ਆ ਔਰ ਇਹ ਵੇਸਟੇਜ ਹੋ ਰਹੀ ਆ ਕੀ ਮੰਨਦੇ ਹੋ ਕਾਰਨ ਕਿ ਪੇੜ ਕੱਟਣ ਦੇ ਨਾਲ ਜੜ੍ਹਾਂ ਦੇ ਨਾਲ ਵੀ ਇਹ ਪਾਈਪਲਾਈਨ ਪੁੱਟੀ ਗਈ ਹੋਗੀ ਸਰ ਜੜ੍ਹ ਵੀ ਕਈ ਵਾਰ ਕਿਆ ਨਾਮ ਹੈ ਜੋ ਹਮਾਰੇ ਪਾਈਪਲਾਈਨ ਕੇ ਜੋੜ ਹੋਤੇ ਉਹ ਜੜ੍ਹੇ ਹਿਲਾ ਦੇਤੀ ਹੈ ਉਸਸੇ ਵੀ ਲੀਕੇਜ ਹੋਤੀ ਹੈ ਪਲੱਸ ਕਿਆ ਨਾਮ ਹੈ ਅਗਰ ਹਮਾਰੇ ਵਹਾਂ ਪੇ ਇਹਨਾਂ ਕੰਪਲੇਂਟ ਕੀ ਹੋਗੀ ਸਰ ਲਿਖਿਤ ਕੰਪਲੇਂਟ ਕੀ ਹੋਗੀ ਤੋ ਬੰਦੇ ਆਤੇ ਐਸੀ ਬਾਤ ਨਹੀਂ ਇਹਨਾਂ ਨੇ ਕੋਈ ਕੰਪਲੇਂਟ ਮਤਲਬ ਇਹਨਾਂ ਨੇ ਕੋਈ ਕੰਪਲੇਂਟ ਕੀ ਨਹੀਂ ਅਗਰ ਕੰਪਲੇਂਟ ਕਰਤੇ ਸਾਡੇ ਬੰਦੇ ਹਮਨੇ ਉਹਨਾਂ ਨੇ ਹਮ ਇੱਕ ਗੱਲ ਦੱਸਾਂ ਮੈਂ ਤੁਹਾਨੂੰ ਵੀ ਉਹਨਾਂ ਨੇ ਕੋਈ ਸਾਨੂੰ ਦੋਸ਼ ਨਹੀਂ ਲਾਏ ਵੀ ਉਹ ਠੀਕ ਨਹੀਂ ਕਰਨ ਆ ਰਹੇ ਅਸੀਂ ਪੁੱਛਿਆ ਵੀ ਤੁਹਾਡੀ ਦੁਕਾਨ ਦੇ ਅੱਗੇ ਮੈਂ ਚਸ਼ਮਾ ਲੈਣ ਆਇਆ ਸੀਗਾ ਮੈਂ ਪੁੱਛਿਆ ਕਿ ਪਾਣੀ ਦੇ ਵੇਸਟੇਜ ਹੋ ਰਹੀ ਆ ਉਹ ਕਹਿੰਦੇ ਕਿ ਜੇਈ ਸਾਹਿਬ ਨੂੰ ਕਿਹਾ ਹੈਗਾ ਠੀਕ ਹੋ ਜਾਏਗੀ ਵੀ ਮੈਂ ਜੇਈ ਸਾਹਿਬ ਨਾਲ ਫੋਨ ਦੇ ਉੱਤੇ ਗੱਲ ਵੀ ਕੀਤੀ ਆ ਪਰ ਇੱਕ ਕੁਐਸਚਨ ਆ ਕਿ ਹੁਣ ਇਹ ਪਾਣੀ ਦੀ ਜਿਹੜੀ ਵੇਸਟੇਜ ਆ ਇਹ ਕਿਸ ਤਰ੍ਹਾਂ ਠੀਕ ਹੋ ਸਕਦੀ ਹੈ ਲੈਨਮੈਨ ਸਾਹਿਬ ਇਹ ਸਰ ਕੱਲ ਅਸੀਂ ਆਉਂਗੇ ਕੱਲ ਖੱਡਾਂ ਮਾਰਾਂਗੇ ਇੱਥੇ ਠੀਕ ਹੈ ਸਰ ਖੱਡਾਂ ਮਾਰ ਕੇ ਸਾਡਾ ਜੋੜ ਹੋਏਗਾ ਅਸੀਂ ਕਰ ਦੇਵਾਂਗੇ ਜੋ ਵੀ ਲਾਈਨ ਟੁੱਟੀ ਹੋਗੀ ਜਾਂ ਕੁਝ ਵੀ ਹੋਏਗਾ ਪੁਟਾਈ ਕਰਕੇ ਇੱਥੇ ਕੱਸੀ ਨਾਲ ਕਰਕੇ ਠੀਕ ਕਰ ਦਿਆ ਜਾਏਗਾ ਇੱਕ ਅਹਿਮ ਸਵਾਲ ਆ ਹੁਣ ਇਹ ਜਿਹੜੀ ਕਹਿੰਦੇ ਨੇ ਕਿ ਇੱਥੇ 3 ਪੇੜ ਸੀਗੇ ਪੇੜ ਵੀ ਕੱਟੇ ਗਏ ਨੇ ਪੁੱਟੇ ਗਏ ਨੇ ਕੀ ਤੁਸੀਂ ਮੰਨਦੇ ਹੋ ਕਿ ਨਗਰ ਨਿਗਮ ਨੇ ਅਗਰ ਪੇੜ ਕੱਟਣੇ ਸੀਗੇ ਪੁੱਟਣੇ ਸੀਗੇ ਵੀ ਤਰੀਕੇ ਨਾਲ ਪੁੱਟਦੇ ਤਾਂ ਕਿ ਜਾਂ ਪਾਈਪਲਾਈਨ ਜਿਹੜੀ ਹੈ ਇਹ ਨਾ ਮਤਲਬ ਖਰਾਬ ਹੁੰਦੀ ਹਾਂਜੀ ਸਰ ਤਰੀਕੇ ਨਾਲ ਕਰਨਾ ਚਾਹੀਏ ਵੈਸੇ ਤਾਂ ਜਾਂ ਤਾਂ ਲਾਈਨ ਮੈਨ ਕੋ ਬੁਲਾਉਣਾ ਚਾਹੀਏ ਪਾਣੀ ਕੀ ਲਾਈਨ ਜਾ ਰਹੀ ਹੈ ਪੁੱਛਣਾ ਚਾਹੀਏ ਕਿ ਹਾਂ ਲਾਈਨ ਜਾ ਰਹੀ ਹੈ ਬਕਾਇਦਾ ਅਫਸਰੋਂ ਕੋ ਬੁਲਾਉਣਾ ਚਾਹੀਏ ਇਸਕੇ ਬਾਅਦ ਕਿਆ ਨਾਮ ਹੈ ਪਟਾਈ ਕਰਨੀ ਚਾਹੀਏ ਸਰ ਹਮਾਰੇ ਹਿਸਾਬ ਸੇ ਤਾਂ ਕਿਉਂਕਿ ਜਹਾਂ ਵੀ ਕਿਆ ਨਾਮ ਹੈ ਜੇ ਸੀ ਵੀ ਲਗਤੀ ਹੈ ਹਮੇਂ ਬੁਲਾਇਆ ਜਾਤਾ ਹੈ ਯਹਾਂ ਪੇ ਲਾਈਨ ਤੋਂ ਨਹੀਂ ਜਾ ਰਹੀ ਹੈ ਬਕਾਇਦਾ ਹਮ ਉਹਨੇ ਬਤਾਤੇ ਹੈ ਇਤਨੇ ਫੁੱਟ ਪੇ ਲਾਈਨ ਹੈ ਆਰਾਮ ਸੇ ਕਰਨਾ ਜ਼ਿਆਦਾ ਡੂੰਗੀ ਹੈ ਤਾਂ ਉਹਨੇ ਬਤਾਤੇ ਹੈ ਇਤਨੇ ਫੁੱਟ ਪੇ ਲਾਈਨ ਇੱਕ ਚੀਜ਼ ਹੈ ਕਿ ਜੇ ਜੋ ਆਪ ਕੌਣ ਸੇ ਡਿਪਾਰਟਮੈਂਟ ਸੇ ਹੋ ਵਿਭਾਗ ਕਿਹੜਾ ਤੁਹਾਡਾ ਪਬਲਿਕ ਹੈਲਥ ਵਾਟਰ ਸਪਲਾਈ ਪਬਲਿਕ ਹੈਲਥ ਤਾਂ ਨਗਰ ਨਿਗਮ ਦਾ ਇਸ 'ਚ ਕੋਈ ਕੰਮ ਨਹੀਂ ਕਾਰਪੋਰੇਸ਼ਨ ਦਾ ਕਾਰਪੋਰੇਸ਼ਨ ਸੇ ਸਾਡਾ ਕੋਈ ਲਿੰਕ ਨਹੀਂ ਹੈਗਾ ਤਾਂ ਲੈਨ ਨਾਮ ਕੀ ਤੁਹਾਡਾ ਮੇਰਾ ਨਾਮ ਸਤਿੰਦਰ ਯਾਦਵ ਤਾਂ ਲੈਨਮੈਨ ਵੀ ਫੋਨ ਕਰਨ ਤੋਂ ਬਾਅਦ ਮੌਕੇ ਤੇ ਆਏ ਨੇ ਔਰ ਜਾਇਜ਼ਾ ਲਿਆ ਗਿਆ ਤੁਹਾਨੂੰ ਦੱਸਦੀ ਹੈ ਕਿ 1 ਮਹੀਨੇ ਤੋਂ ਪਾਣੀ ਨਿਕਲ ਰਿਹਾ ਵਾ ਪਰ ਕਿਤੇ ਨਾ ਕਿਤੇ ਦੁਕਾਨਦਾਰਾਂ ਨੇ ਸੂਚਨਾ ਦਿੱਤੀ ਆ ਪਰ ਜੋ ਫੈਕਟ ਨਿਊਜ਼ ਨੇ ਸਭ ਤੋਂ ਪਹਿਲਾਂ ਦੇਖਿਆ ਦੇਖੋ ਮੈਂ ਤੁਹਾਨੂੰ ਫਿਰ ਦਿਖਾਉਣਾ ਚਾਹੂੰਗਾ ਇਹ ਪਾਣੀ ਕਿਵੇਂ ਰਿਸ ਰਿਹਾ ਵਾ ਮੈਂ ਵੀਡੀਓ ਜਰਨਲਿਸਟ ਨੂੰ ਕਹੂੰਗਾ ਵੀ ਦਿਖਾ ਦੇ ਤੁਸੀਂ ਦੇਖੋ ਬੁਲਬਲੇ ਮਾਰ ਮਾਰ ਕੇ ਧਰਤੀ ਦੇ ਥੱਲੋਂ ਦੀ ਇਹ ਪਾਣੀ ਜਿਹੜਾ ਵਾ ਉਹ ਰਿਸ ਰਿਹਾ ਵਾ ਔਰ ਬੇਸ਼ਕੀਮਤੀ ਪਾਣੀ ਆ ਅਗਰ ਇਹ ਪਾਣੀ ਦੇਖੋ ਬੁਲਬਲੇ ਮਾਰ ਰਿਹਾ ਵਾ ਔਰ ਕਿੰਨੇ ਲੋਕ ਪਾਣੀ ਬਿਨਾਂ ਧਿਆਏ ਮਰ ਰਹੇ ਨੇ ਦੇਸ਼ ਦੇ ਵਿੱਚ ਮਤਲਬ ਪੰਜਾਬ ਵਿੱਚ ਵੀ ਜਿਹੜਾ ਪਾਣੀ ਦਾ ਪੱਧਰ ਆ ਉਹ ਬਹੁਤ ਥੱਲੇ ਡਿੱਗ ਚੁੱਕਿਆ ਵਾ ਔਰ ਆਉਣ ਵਾਲਾ ਸਮਾਂ ਇਹੋ ਜਿਹਾ ਵੀ ਆਊਗਾ ਕਿ ਲੋਕ ਬੂੰਦ ਬੂੰਦ ਪਾਣੀ ਨੂੰ ਤਰਸਣਗੇ ਪਰ ਇਸੇ ਤਰੀਕੇ ਦੇ ਪਾਣੀ ਦੀ ਵੇਸਟੇਜ ਹੁੰਦੀ ਰਹੇਗੀ ਤਾਂ ਕੀ ਬਣੂਗਾ ਕੁਝ ਤਸਵੀਰਾਂ ਹੋਰ ਦਿਖਾਊਂਗਾ ਲਾਸਟ ਵਿੱਚ ਔਰ ਅੱਖਾਂ ਖੋਲ੍ਹਣ ਨੂੰ ਕਾਫੀ ਹੈ ਦੇਖੋ ਪਾਣੀ ਜਾ ਰਿਹਾ ਵਾ
शुद्ध पानी आ और इसनों धरती तो चक के भी पीता जा सकता है। तो देखो किन्ना शुद्ध पानी आ और ये पानी कितने जा रहा वा रोड गली च गटर दे विच की ये सही आ। ये दर्शक कमेंट करके इसका जवाब दे जरूर देन क्योंकि पहला मोहाली दे विच पानी की इन्नी कमी आ कि बूंद बूंद नू जेड़े तीसरी मंजिल दे रहिंदे ने वह तरस रहे ने। पर जरूरत हैगी आ प्रशासन नू जागण दी हुण इन्ने दिन हो चुके ने और शोरूम जेड़े आ इन्हां दे अगे ये पाइपलाइन आ कुल मिला के जे पेड़ भी कट्टे कारपोरेशन ने तो उन्हां दी जिम्मेवारी बनती सीगी ये पाइपलाइन अगर उन्होंने को खराब हुई है तो ठीक करके जांदे। हुण देखण वाली गल होगी कि SDO नू लिखित सूचित करन तो बाद किन्ने दिन दे विच ये लाइन जिहड़ी आ ठीक हुंदी आ। ये बहुत वड्डा विशा वा क्योंकि पानी जल ही जीवन है। जिवें मच्छी पानी बिना नहीं रह सकती उस तरीके ने इंसान भी एक मिनट मतलब एक दिन भी पानी बिना नहीं रह सकता। मोहाली तो द फैक्ट न्यूज़ ली सतेंद्र सत्ती दे नाल मैं जितेंद्र सभरवाल मोहाली।